ਵੀਅਰਸ ਵੈਲਕਮ ਬੈਕ ਇਨ ਅਵਰ ਪ੍ਰੋਗਰਾਮ ਐਂਡ ਡਾਕਟਰ ਸਾਹਿਬ ਸਾਡਾ ਪਹਿਲਾ ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਦਲਜੀਤ ਸਿੰਘ ਦੀ ਜ਼ਮਾਨਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਨਜ਼ੂਰ ਕਰ ਲਈ ਗਈ ਹੈ ਇਸ ਨੂੰ ਸਾਡੇ ਦਰਸ਼ਕਾਂ ਨੂੰ ਵੇਰਵੇ ਨਾਲ ਦੱਸੋ ਦੇਖੋ ਪਹਿਲਾਂ ਸਾਡੇ ਦਰਸ਼ਕਾਂ ਨੇ ਈਮੇਲਸ ਲਿਖੀਆਂ ਉਹਨਾਂ ਨੇ ਅਡਟ ਢੰਗ ਸੁਝਾਏ ਨੇ ਕਿ ਪੰਜਾਬ 'ਚ ਅਸੀਂ ਕਿਵੇਂ ਖਾਲਿਸਤਾਨ ਦੀ ਲਹਿਰ ਚਲਾ ਸਕਦੇ ਹਾਂ ਜੀ ਭਾਈ ਦਲਜੀਤ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਰਹੇ ਜੀ ਪੰਥਕ ਕਮੇਟੀ ਦੇ ਮੈਂਬਰ ਰਹੇ ਲੰਬਾ ਵਕਤ ਉਹਨਾਂ ਨੇ ਜੁਝਾਰੂ ਸੰਘਰਸ਼ ਨੂੰ ਲੀਡ ਕੀਤਾ ਜੀ ਫਿਰ 1995 ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ 8-10 ਸਾਲ ਅੰਦਰ ਰਹੇ ਜੀ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਬਾਹਰ ਆ ਕੇ ਲੋਕਤੰਤਰੀ ਤਰੀਕੇ ਨਾਲ ਅਸੀਂ ਖਾਲਿਸਤਾਨ ਦੀ ਗੱਲ ਨੂੰ ਅੱਗੇ ਤੋਰੀਏ ਜੀ ਪਰ ਉਹਨਾਂ ਨੂੰ ਅੱਡ ਕੇਸਾਂ ਦੇ ਵਿੱਚ ਫੜ ਕੇ ਫਿਰ ਜੇਲ੍ਹ ਦੇ ਵਿੱਚ ਦੇ ਦਿੱਤਾ ਜਾਂਦਾ ਜੀ ਔਰ ਅਕਾਲੀਆਂ ਦੀ ਸਰਕਾਰ ਵੇਲੇ ਹੋ ਰਿਹਾ ਪਹਿਲੀ ਵਾਰੀ ਉਹਨਾਂ ਨੂੰ ਹੁਣ ਪਿਛਲੇ ਸਾਲ ਸਪਟੈਂਬਰ 2012 ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਔਰ ਉਹਨਾਂ ਨੂੰ ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਥੱਲੇ ਔਰ 3 ਉਹਨਾਂ 'ਤੇ ਚਾਰਜ ਲਾਇਆ ਗਿਆ ਕਿ ਜੀ ਉਹ ਜਿਹੜਾ ਉਹ ਜੁਝਾਰੂਆਂ ਦੇ ਭੋਗਾਂ 'ਤੇ ਜਾਂਦੇ ਨੇ ਇੱਕ ਸੀ ਡੀ ਮਿਲੀ ਹੈ ਡੀ ਵੀ ਡੀ ਔਰ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਦੇ ਨੇ ਇੱਕ ਚਾਰਜ ਇਹ ਲਾਇਆ ਜੀ ਸਿੱਖ ਸ਼ਹਾਦਤ ਇੱਕ ਰਸਾਲਾ ਲੁਧਿਆਣੇ ਤੋਂ ਛਪਦਾ ਸੀ ਜਿਹੜਾ ਉਹਨਾਂ ਨੇ ਬੰਦ ਕਰਾ ਦਿੱਤਾ ਉੱਥੋਂ ਚੁੱਕ ਕੇ ਲੈ ਗਏ ਸਾਰਾ ਕੰਪਿਊਟਰ ਵੀ ਜੀ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਹੈ ਇਹ ਅਨਲਾਫੁਲ ਮੈਟੀਰੀਅਲ ਹੈ ਜਿਹੜਾ ਕਿ ਇਹਨਾਂ ਕੋਲੋਂ ਬਰਾਮਦ ਹੋਇਆ ਅਤੇ ਤੀਸਰਾ ਉਹਨਾਂ ਨੇ ਕਿਹਾ ਜੀ ਸ਼ਿੰਗਾਰ ਸਿਨਮੇ ਵਾਲਾ ਜਿਹੜਾ ਹੈ ਇਹ ਚਾਰਜ ਬਾਅਦ ਦੇ ਵਿੱਚ ਲਿਆਉਂਦਾ ਕਿ ਜੀ ਉਹਦਾ ਜਿਹੜਾ ਗਵਾਹ ਸੀ ਉਹਨੂੰ ਉਹਨਾਂ ਨੇ ਧਮਕਾਇਆ ਜੀ ਹੁਣ ਔਰ ਕਿਉਂਕਿ ਜਦੋਂ ਇਸ ਕਿਸਮ ਦਾ ਤੁਸੀਂ ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਲਾ ਦਿੰਦੇ ਹੋ ਥਲੜੀਆਂ ਅਦਾਲਤਾਂ ਤਾਂ ਸੁਣਦੀਆਂ ਹੀ ਨਹੀਂ ਜ਼ਮਾਨਤ ਦੀਆਂ ਸਪਟੈਂਬਰ 2012 ਤੋਂ ਲੈ ਕੇ ਹੁਣ ਜਿਹੜਾ ਆਲਮੋਸਟ ਜੁਲਾਈ 2013 ਆ ਗਿਆ ਇੱਕ ਸਾਲ ਉਹਨਾਂ ਨੂੰ ਟੋਰਚਰ ਵੀ ਕੀਤਾ ਗਿਆ ਇਸ ਕਿਸਮ ਦੇ ਕੇਸ ਭਾਈ ਕੁਲਵੀਰ ਸਿੰਘ ਬੜਾ ਪਿੰਡ 'ਤੇ ਵੀ ਪਾਏ ਨੇ ਹੁਣ ਕੱਲ੍ਹ ਇਹ ਕੇਸ ਉਹਨਾਂ ਦਾ ਪੰਜਾਬ ਹਰਿਆਣਾ ਹਾਈ ਕੋਰਟ 'ਚ ਜ਼ਮਾਨਤ ਦੇ ਲਈ ਲੱਗਾ ਸੀ ਰਾਜਵਿੰਦਰ ਸਿੰਘ ਬੈਂਸ ਉਹਨਾਂ ਦੇ ਵਕੀਲ ਸੀ ਔਰ ਜਸਟਿਸ ਇੰਦਰਜੀਤ ਸਿੰਘ ਦੇ ਬੈਂਚ ਨੇ ਸੁਣਿਆ ਉਹਨਾਂ ਨੇ ਜਸਟ ਵਕੀਲ ਬੈਂਸ ਨੇ ਉਹ ਤਿੰਨਾਂ ਹੀ ਨੂੰ ਹੀ ਤੋੜਿਆ ਉਹਨਾਂ ਨੇ ਕਿਹਾ ਜੀ ਕਿਹੜੀਆਂ ਅਨਲਾਫੁਲ ਐਕਟੀਵਿਟੀਜ਼ ਜੀ ਜਿਹੜਾ ਤੁਸੀਂ ਬੱਚਿਆਂ ਦਾ ਕਿਸੇ ਦਾ ਕੋਈ ਮਾਰ ਦਿੱਤਾ ਤੁਹਾਡੀ ਪੁਲਿਸ ਨੇ ਉਹਨਾਂ ਦੇ ਘਰ ਜਾਣਾ ਜਾਂ ਬੱਚਿਆਂ ਨਾਲ ਹਮਦਰਦੀ ਕਰਨਾ ਜਾਂ ਉਹਨਾਂ ਦੇ ਸਕੂਲ ਦੀ ਫੀਸ ਦੇਣਾ ਇਹ ਕਿਹੜੀ ਕਾਨੂੰਨ ਦੀ ਉਲੰਘਣਾ ਸੋ ਮੁੱਖ ਦੀ ਗੱਲ ਜਿਹੜਾ ਉਹਨਾਂ ਦੀ ਜ਼ਮਾਨਤ ਹਾਈ ਕੋਰਟ ਨੇ ਮਨਜ਼ੂਰ ਕਰ ਲਈ ਪਰ ਮੈਂ ਜਦੋਂ ਇਹ ਖਬਰ ਦੇਖ ਰਿਹਾ ਸੀ ਤਾਂ ਨਾਲ ਹੀ ਇਹ ਸੀ ਜੀ ਕਿ ਇੱਕ ਇਸ ਕਿਸਮ ਦਾ ਹੀ ਕੇਸ ਅਜੇ ਜਲੰਧਰ 'ਚ ਵੀ ਰਜਿਸਟਰ ਕਿਉਂਕਿ ਤੁਸੀਂ 5 ਥਾਵਾਂ 'ਤੇ ਕੇਸ ਰਜਿਸਟਰ ਕਰ ਲਓ ਇੱਕ ਦੀ ਹੋ ਵੀ ਗਈ ਦੂਜੇ ਆ ਕੇ ਪਹਿਲਾਂ ਭੁਗਤੋ ਉਤਰੀ ਜੀ ਸੋ ਮਕਸਦ ਇਹੀ ਹੈ ਵੀ ਜਿਹੜਾ ਉੱਥੇ ਪੀਸਫੁਲੀ ਵੀ ਮਾੜੀ ਮੋਟੀ ਗੱਲ ਕਰਦਾ ਉਹਨੂੰ ਉਹਨਾਂ ਨੇ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇਣਾ ਜੀ ਸੋ ਇਹ ਉਹੀ ਅਦਾਲਤਾਂ ਨੇ ਜਿਹੜੀਆਂ ਸੁਰਜੀਤ ਸਿੰਘ ਨੂੰ ਤਾਂ ਨਾ ਉਹ ਪਰਸਨਲ ਸਿਕਿਉਰਿਟੀ ਦਿੰਦੀਆਂ ਅਤੇ ਨਾ ਹੀ ਉਹਦੀ ਪਟੀਸ਼ਨ ਨੂੰ ਮਨਜ਼ੂਰ ਕੀਤਾ ਅਤੇ ਪਿਛਲੇ 1 ਸਾਲ ਤੋਂ ਭਾਈ ਦਲਜੀਤ ਸਿੰਘ ਭਾਈ ਕੁਲਵੀਰ ਸਿੰਘ ਬੜਾ ਪਿੰਡ ਝੂਠੇ ਕੇਸਾਂ 'ਚ ਫਸਾਏ ਹੋਏ ਨੇ ਜੀ ਸਾਡਾ ਅਗਲਾ ਸਵਾਲ ਹੈ ਯੂਪੀ ਹਾਈ ਕੋਰਟ ਨੇ ਜਾਤ ਆਧਾਰਿਤ ਰੈਲੀਆਂ 'ਤੇ ਆਰਜ਼ੀ ਪਾਬੰਦੀ ਲਾ ਦਿੱਤੀ ਹੈ ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ ਦੇਖੋ ਯੂਪੀ ਦੇ ਲਖਨਊ ਬੈਂਚ ਨੇ ਕੱਲ੍ਹ ਇਹ ਫੈਸਲਾ ਸੁਣਾਇਆ ਉਹਨਾਂ ਨੇ ਕਿਹਾ ਕਿ ਜੀ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਜਨਹਿਤ ਪਟੀਸ਼ਨ ਇੱਕ ਵਕੀਲ ਨੇ ਮੋਤੀ ਲਾਲ ਯਾਦਵ ਲਖਨਊ 'ਚ ਉਹਨਾਂ ਨੇ ਦਾਇਰ ਕੀਤੀ ਸੀ ਜੀ ਉਹਨਾਂ ਨੇ ਕਿਹਾ ਸੀ ਜੀ ਜਿਹੜੀ ਕਾਂਸਟੀਟਿਊਸ਼ਨ ਦੀ ਸਪਿਰਿਟ ਹੈ ਉਹ ਤਾਂ ਜ਼ਾਤ ਪਾਤ ਵਾਲੀ ਨਹੀਂ ਹੈ ਜੀ ਪਰ ਜਦੋਂ ਜ਼ਾਤ ਪਾਤੀ ਰੈਲੀਆਂ ਹੁੰਦੀਆਂ ਕੋਈ ਮਹਾਂਬ੍ਰਾਹਮਣ ਸੰਮੇਲਨ ਹੋ ਰਿਹਾ ਕੋਈ ਹੋਰ ਹੋ ਰਿਹਾ ਕੋਈ ਯਾਦਵ ਸੰਮੇਲਨ ਹੋ ਰਿਹਾ ਅਤੇ ਇਹ ਪੋਲੀਟੀਕਲ ਪਾਰਟੀਜ਼ ਉੱਥੇ ਜਾਂਦੀਆਂ ਨੇ ਤਾਂ ਕਾਂਸਟੀਟਿਊਸ਼ਨ ਨੂੰ ਵਾਇਲੇਟ ਕਰ ਰਹੇ ਨੇ ਕਿਉਂਕਿ ਮਾਇਆਵਤੀ ਨੇ ਅਜੇ ਪਿਛਲੇ ਦਿਨ ਇੱਕ ਬ੍ਰਾਹਮਣ ਮਹਾਂਸਭਾ ਦੇ ਸੰਮੇਲਨ 'ਚ ਸ਼ਿਰਕਤ ਕੀਤੀ ਉਸ ਤੋਂ ਪਹਿਲਾਂ ਸਮਾਜਵਾਦ ਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ ਨੇ ਵੀ ਕੀਤੀ ਸੋ ਇਸ ਦੇ ਉੱਤੇ ਉਹਨਾਂ ਨੇ ਹੀਅਰਿੰਗ ਦੇ ਲਈ ਟੈਂਪਰਰੀ ਸਟੇਅ ਦੇ ਦਿੱਤਾ ਕਿ ਜੀ ਕੋਈ ਜ਼ਾਤ ਪਾਤੀ ਰੈਲੀਆਂ ਨਹੀਂ ਹੋਣਗੀਆਂ ਅਤੇ ਚਾਰੋਂ ਜਿਹੜੀਆਂ ਪਾਰਟੀਜ਼ ਨੇ ਕਾਂਗਰਸ ਬੀ ਜੇ ਪੀ ਸਮਾਜਵਾਦੀ ਅਤੇ ਬਹੁਜਨ ਸਮਾਜ ਪਾਰਟੀ ਉਹਨਾਂ ਨੂੰ 25 ਜੁਲਾਈ ਦੀ ਡੇਟ ਦਿੱਤੀ ਹੈ ਕਿ ਉਹ ਆ ਕੇ ਜਿਹੜਾ ਉਹ ਆਪਣਾ ਕੇਸ ਪੇਸ਼ ਕਰਨ ਉਹਨਾਂ ਨੇ ਕਿਹਾ ਜੀ ਜਦੋਂ ਜ਼ਾਤ ਪਾਤੀ ਰੈਲੀਆਂ ਹੁੰਦੀਆਂ ਇਹ ਐਨਮਿਟੀ ਦੁਸ਼ਮਣੀ ਕ੍ਰੀਏਟ ਕਰਦਾ ਹੈ ਭੇਦਭਾਵ ਕ੍ਰੀਏਟ ਕਰਦਾ ਤਾਂ ਫਰਕ ਜਿਵੇਂ ਇਹਨਾਂ ਨੂੰ ਪਹਿਲਾਂ ਪਤਾ ਨਹੀਂ ਹੁੰਦਾ 66 ਸਾਲ ਤੋਂ ਉੱਥੇ ਜਿਹੜੀਆਂ ਵੋਟਾਂ ਪੈਂਦੀਆਂ ਨੇ ਉਹ ਨੈਸ਼ਨਲਿਜ਼ਮ ਦੇ ਨਾਂ ਥੱਲੇ ਪੈਂਦੀਆਂ ਜਾਂ ਇਨਸਾਨੀਅਤ ਦੇ ਨਾਂ ਥੱਲੇ ਪੈਂਦੀਆਂ ਉਹ ਜ਼ਾਤਾਂ 'ਤੇ ਹੀ ਆਧਾਰਿਤ ਹੈ ਤੁਹਾਡੀ ਸਾਰੀ ਸੁਸਾਇਟੀ ਬ੍ਰਹਮਨਿਕਲ ਸੁਸਾਇਟੀ ਹੈ ਤੁਸੀਂ ਉਹਦੇ 'ਚ ਹੀ ਰਹਿਣਾ ਉਹਦੇ 'ਚੋਂ ਨਿਕਲਣਾ ਨਹੀਂ ਹੈ ਉਹਦੇ ਲਈ ਤੁਸੀਂ ਰਿਜ਼ਰਵੇਸ਼ਨਸ ਕਰਵਾਈਆਂ ਹੁਣ ਉਹਦੇ 'ਚੋਂ ਅੱਗੋਂ ਓ ਬੀ ਸੀ ਦੇ ਥੱਲੇ ਰਿਜ਼ਰਵੇਸ਼ਨਸ ਹੋਈਆਂ ਮੰਡਲ ਕਮਿਸ਼ਨ ਰਿਪੋਰਟ ਨੂੰ ਲਾਗੂ ਕਰਨ ਦੇ ਨਾਂ ਥੱਲੇ ਕਿਵੇਂ ਇਸੇ ਹੀ ਬੀ ਜੇ ਪੀ ਨੇ ਆਤਮਘਾਤ ਕੀਤਾ ਕਈਆਂ ਨੂੰ ਜ਼ਬਰਦਸਤੀ ਚੁੱਕ ਚੁੱਕ ਕੇ ਅੱਗ ਲਾਈ ਕਿ ਜੀ ਅਸੀਂ ਰਿਜ਼ਰਵੇਸ਼ਨ ਨਹੀਂ ਮੰਗਦੇ ਸੋ ਇਹ ਕਾਸਟ ਰਿਡਨ ਸੁਸਾਇਟੀ ਹੈ ਇਹ ਜਦੋਂ ਤੱਕ ਬਿਲਕੁਲ ਟੁੱਟੇਗਾ ਨਹੀਂ ਸਾਰਾ ਢਾਂਚਾ ਉੱਤੋਂ ਥੱਲੇ ਤੱਕ ਇਹਨਾਂ ਦੇ ਕਾਨੂੰਨਾਂ ਨੇ ਜਾਂ ਦੂਜਿਆਂ ਨੇ ਕੀ ਕਰਨਾ
ਜੀ ਸੋ ਪਰ ਇਹ ਖਬਰ ਆਫ ਇੰਟਰਸਟ ਹੈ ਕਿ ਜੀ ਕੋਰਟ ਨੇ ਟੈਂਪਰੇਰੀ ਸਟੇ ਦੇ ਦਿੱਤਾ ਹੈ ਜੀ ਸਾਡਾ ਅਗਲਾ ਸਵਾਲ ਹੈ ਭਾਰਤੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਤੇਜ਼ਾਬ ਸੁੱਟਣ ਦੀਆਂ ਘਟਨਾਵਾਂ ਵਿੱਚ ਰੋਜ਼ਾਨਾ ਲੋਕ ਮਰ ਰਹੇ ਹਨ ਪਰ ਤੁਹਾਨੂੰ ਕੋਈ ਪਰਵਾਹ ਨਹੀਂ ਹਾਂਜੀ ਡਾਕਟਰ ਸਾਹਿਬ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਹੁਣ ਇੱਕ ਪਾਸੇ ਅਸੀਂ ਹਾਈ ਕੋਰਟ ਦੀ ਗੱਲ ਕਰਕੇ ਹਟੇ ਹਾਂ ਕਿ ਰੈਲੀ ਦੇ ਉੱਤੇ ਉਹਨਾਂ ਦੇ ਰੈਲੀਆਂ ਬੰਦ ਕਰ ਦਿੱਤੀਆਂ ਉਹਨਾਂ ਦੀਆਂ ਜੀ ਹੁਣ ਭਾਰਤੀ ਸੁਪਰੀਮ ਕੋਰਟ ਨੇ ਹਿੰਦੁਸਤਾਨ 'ਚ ਜੇ ਰੋਜ਼ਾਨਾ ਉੱਥੇ ਤਾਂ ਕੋਈ ਡਾਟਾ ਕਲੈਕਟ ਨਹੀਂ ਕਰਦਾ ਜੀ ਮੋਸਟਲੀ ਕੁੜੀਆਂ ਦੇ ਉੱਤੇ ਜਿਨ੍ਹਾਂ ਨੂੰ ਪਹਿਲਾਂ ਤਾਂ ਚੇਜ਼ ਕੀਤਾ ਜਾਂਦਾ ਤੰਗ ਕੀਤਾ ਜਾਂਦਾ ਹਰਾਸ ਕੀਤਾ ਜਾਂਦਾ ਜੀ ਅਤੇ ਜਦੋਂ ਇਸ ਕਿਸਮ ਦੇ ਜਿਹੜੇ ਗੁੰਡੇ ਐਲੀਮੈਂਟ ਨੇ ਉਹਨਾਂ ਦਾ ਪ੍ਰਭਾਵ ਉਹ ਨਹੀਂ ਕਬੂਲਦੀਆਂ ਅਤੇ ਉਹਨਾਂ ਦੇ ਮੂੰਹ ਦੇ ਉੱਤੇ ਤੇਜ਼ਾਬ ਸੁੱਟ ਦਿੱਤਾ ਜਾਂਦਾ ਜੀ ਔਰ ਇਸ ਕਿਸਮ ਦੇ ਸੈਂਕੜਿਆਂ ਕੇਸ ਹਰ ਸਾਲ ਹੁੰਦੇ ਨੇ ਸਾਰੇ ਭਾਰਤ ਭਰ ਦੇ ਵਿੱਚ ਜੀ ਹੁਣ ਸੁਪਰੀਮ ਕੋਰਟ 'ਚ ਕਿਸ ਕਿਸਮ ਦਾ ਕੇਸ ਗਿਆ ਹੋਇਆ 6 ਫਰਵਰੀ ਨੂੰ ਸੁਪਰੀਮ ਕੋਰਟ ਨੇ ਇਹ ਹੁਕਮ ਜਾਰੀ ਕੀਤਾ ਕੇਂਦਰ ਸਰਕਾਰ ਦੇ ਨਾਲ ਕਿ 6 ਹਫ਼ਤਿਆਂ ਦੇ ਵਿੱਚ ਤੁਸੀਂ ਦੱਸੋ ਕਿ ਇਹ ਜਿਹੜਾ ਇੰਨਾ ਖੁੱਲ੍ਹਾ ਤੇਜ਼ਾਬ ਮਿਲਦਾ ਜਿਹੜੀ ਮਰਜ਼ੀ ਹੱਟੀ ਤੋਂ ਕੋਈ ਖਰੀਦ ਲੈਂਦਾ ਜਿਹੜੇ ਇਸ ਕਿਸਮ ਦੀ ਕਾਰਵਾਈ ਕਰਦੇ ਨੇ ਉਹਨਾਂ ਦੇ ਖਿਲਾਫ਼ ਕੀ ਕਾਰਵਾਈ ਹੁੰਦੀ ਹੈ ਜਿਹੜੇ ਵਿਕਟਮ ਬਣਦੇ ਨੇ ਉਹਨਾਂ ਦਾ ਮੁਆਵਜ਼ਾ ਉਹਨਾਂ ਦਾ ਇਲਾਜ ਜਾਂ ਉਹਨਾਂ ਦਾ ਫਿਊਚਰ ਕਿਉਂਕਿ ਉਹ ਤਾਂ ਭਾਵੇਂ ਪਲਾਸਟਿਕ ਸਰਜਰੀ ਵੀ ਹੁੰਦੀ ਰਹੇ ਉਹਨਾਂ ਦਾ ਚਿਹਰਾ ਕਦੇ ਵੀ ਉਹ ਨਹੀਂ ਰਹਿੰਦਾ ਹੈ ਸੋ ਉਹਦੀ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ ਹੈ ਔਰ ਹੁਣ ਸੁਪਰੀਮ ਕੋਰਟ ਨੇ ਕੱਲ੍ਹ ਹੀ ਇਹ ਕਿਹਾ ਕਿ ਜੀ ਅਸੀਂ 1 ਹਫ਼ਤੇ ਦਾ ਸਮਾਂ ਕੇਂਦਰ ਸਰਕਾਰ ਨੂੰ ਦਿੰਦੇ ਹਾਂ ਕਿ ਬਈ ਉਹ ਜਿਹੜਾ ਅਸੀਂ ਅਪ੍ਰੈਲ ਦਾ ਆਰਡਰ ਕੱਢਿਆ ਹੋਇਆ ਫਰਵਰੀ ਦਾ ਉਸ ਦੇ ਉੱਤੇ ਅਮਲ ਕਰਨ ਔਰ ਜਿਹੜੀ ਟਿੱਪਣੀ ਹੈ ਸੁਪਰੀਮ ਕੋਰਟ ਦੀ ਪੰਜਾਬੀ ਟ੍ਰਾਂਸਲੇਸ਼ਨ ਉਹਦੀ ਕਿ ਇਸ ਮਾਮਲੇ ਪ੍ਰਤੀ ਸਰਕਾਰ ਦੀ ਗੰਭੀਰਤਾ ਨਜ਼ਰ ਨਹੀਂ ਆਉਂਦੀ ਲੋਕ ਮਰ ਰਹੇ ਹਨ ਪਰ ਤੁਹਾਨੂੰ ਇਸ ਦੀ ਕੋਈ ਪਰਵਾਹ ਨਹੀਂ ਉਹਨਾਂ ਲੋਕਾਂ ਬਾਰੇ ਸੋਚੋ ਜੋ ਰੋਜ਼ਾਨਾ ਜ਼ਿੰਦਗੀ ਗਵਾ ਰਹੇ ਹਨ ਦੇਸ਼ ਦੇ ਹਰ ਹਿੱਸੇ ਵਿੱਚ ਰੋਜ਼ਾਨਾ ਕੁੜੀਆਂ ਉੱਪਰ ਤੇਜ਼ਾਬ ਸੁੱਟਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਅਜੇ ਤੱਕ ਕੋਈ ਅਸਰਦਾਰ ਨੀਤੀ ਤਿਆਰ ਨਹੀਂ ਕੀਤੀ ਜਾ ਸਕੀ ਹੁਣ ਭਾਰਤ ਦਾ ਸੁਪਰੀਮ ਕੋਰਟ ਕਹਿ ਰਿਹਾ ਜੀ ਜੀ ਸੋ ਇਹ ਕ੍ਰਿਮੀਨਲ ਸੁਸਾਇਟੀ ਨਹੀਂ ਜਾਂ ਇਹ ਸੁੱਤੀ ਸਰਕਾਰ ਨਹੀਂ ਅਤੇ ਹੋਰ ਕੀ ਹੈ ਸੋ ਜ਼ਾਤ ਪਾਤੀ ਰੈਲੀਆਂ 'ਤੇ ਪਾਬੰਦੀ ਤਾਂ ਕਿਸੇ ਨੇ ਕੀ ਮੰਨਣੀ ਹੈ ਇਹ ਤਾਂ ਸੈਂਕੜਿਆਂ ਕੇਸ ਔਰ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਉਹਨਾਂ ਦੀ ਜਿਹੜੀ ਸੈਂਟਰਲ ਗੌਰਮੈਂਟ ਆ ਉਹ ਮੰਨਣ ਨੂੰ ਤਿਆਰ ਨੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਅਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਦੇਖੋ ਅੱਜ ਦੇ ਵਿਚਾਰ ਲਈ ਅਸੀਂ ਪੰਜਾਬ ਦੀ ਉਸ ਧਰਤੀ ਦੇ ਇੱਕ ਮਸ਼ਹੂਰ ਪੰਜਾਬੀ ਸੂਫੀ ਕਵੀ ਜਿਹਨਾਂ ਦਾ ਨਾਂ ਸੁਲਤਾਨ ਬਾਹੂ ਹੈ ਜੀ ਉਹਨਾਂ ਦਾ ਕਲਾਮ ਅੱਡ ਤਰੀਕੇ ਨਾਲ ਗਾਇਆ ਜਾਂਦਾ ਹੈ ਔਰ ਉਹਦੇ ਮੋਸਟਲੀ ਹਾਲਾਂਕਿ ਉਹਨਾਂ ਨੇ 80 ਤੋਂ ਜ਼ਿਆਦਾ ਕਿਤਾਬਾਂ ਫਾਰਸੀ ਦੇ ਵਿੱਚ ਲਿਖੀਆਂ ਨੇ ਜੀ ਪਰ ਇਹ ਸੂਫੀਆਂ ਦੀ ਇੱਕ ਬੜੀ ਖੂਬਸੂਰਤੀ ਰਹੀ ਹੈ ਵੀ ਇਹਨਾਂ ਨੇ ਮਾਂ ਬੋਲੀ ਪੰਜਾਬੀ ਨੂੰ ਵੀ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਇਆ ਸੋ ਫਾਰਸੀ ਦੀਆਂ ਤਾਂ ਕਿੰਨੀਆਂ ਕੁ ਕਿਤਾਬਾਂ ਉਹਨਾਂ ਦੀਆਂ ਕਿੰਨੇ ਕੁ ਵਿਦਵਾਨਾਂ ਤੱਕ ਪਹੁੰਚੀਆਂ ਨੇ ਜੀ ਆਮ ਲੋਕਾਂ 'ਚ ਤੱਕ ਤਾਂ ਉਹਦੀ ਬਹੁਤੀ ਜਾਣਕਾਰੀ ਨਹੀਂ ਹੈ ਪਰ ਸੁਲਤਾਨ ਬਾਹੂ ਦੀ ਜਿਹੜੀ ਪੰਜਾਬੀ ਪੋਇਟਰੀ ਹੈ ਉਹ ਬਹੁਤ ਪਾਪੂਲਰ ਹੈ ਦੋਨੋਂ ਪਾਸੇ ਸੂਫੀ ਰੰਗ 'ਚ ਰੰਗੀ ਹੋਈ ਹੈ ਜੀ ਸੁਲਤਾਨ ਬਾਹੂ ਜਿਹੜੇ ਨੇ ਇਹਨਾਂ ਦਾ ਜਨਮ 1628 'ਚ ਹੋਇਆ ਔਰ 1691 ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਉਹਨਾਂ ਦਾ ਇੰਤਕਾਲ ਹੋਇਆ ਜੀ ਸੋ ਇਹ ਉਹੀ ਸਦੀ ਹੈ ਜਦੋਂ ਕਿ ਪੰਜਾਬ ਦੇ ਵਿੱਚ ਜਿਹੜਾ 6ਵੀਂ 7ਵੀਂ ਤੋਂ 10ਵੀਂ ਪਾਤਸ਼ਾਹੀ ਤੱਕ ਦਾ ਸਮੇਂ ਜੀ ਸੋ ਇਹ ਝੰਗ ਦੇ ਨੇੜੇ ਤੇੜੇ ਲਾਹੌਰ ਦੇ ਨੇੜੇ ਤੇੜੇ ਜਿਹੜੇ ਨੇ ਉਹਨਾਂ ਨੇ ਆਪਣਾ ਸੂਫੀਆਨਾ ਕਿਉਂਕਿ ਸੂਫੀਆਂ ਦਾ ਆਧਾਰ ਇਸ਼ਕ ਹੈ ਪ੍ਰੇਮ ਹੈ ਰੱਬ ਦੇ ਨਾਲ ਉਹ ਥੋੜ੍ਹਾ ਜਿਹਾ ਮੌਲਵੀਆਂ ਦੀ ਜਿਹੜੀ ਸ਼ਰ੍ਹਾ ਹੈ ਉਸ ਤੋਂ ਆਜ਼ਾਦੀ ਵੀ ਲੈ ਲੈਂਦੇ ਨੇ ਪਰ ਕੁੱਲ ਮਿਲਾ ਕੇ ਅਲਟੀਮੇਟਲੀ ਉਹਨਾਂ ਦਾ ਮੈਸੇਜ ਇਸਲਾਮ ਨਾਲ ਹੀ ਹੁੰਦਾ ਉਹਨਾਂ ਦਾ ਸੰਬੰਧ ਅਵਾਨ ਟ੍ਰਾਈਬ ਨਾਲ ਸੀ ਜਿਹੜਾ ਕਿ ਹਜ਼ਰਤ ਅਲੀ ਦੇ ਨਾਲ ਜਿਸ ਦਾ ਸੰਬੰਧ ਜੁੜਦਾ ਹੁਣ ਜਿਹੜੀ ਉਹਨਾਂ ਦੀ ਕਬਰ ਹੈ ਹਾਲਾਂਕਿ ਚਨਾਬ ਜਿਹੜੀ ਦਰਿਆ ਹੈ ਉਹ ਆਪਣਾ ਰੁੱਖ ਬਦਲਦਾ ਇਸ ਲਈ 2-3 ਵਾਰੀ ਉੜ ਗਿਆ ਉਹਨਾਂ ਦੀ ਜਿਹੜੀ ਮਕਬਰਾ ਸੀ ਪਰ ਝੰਗ ਦੇ ਨੇੜੇ ਜਿਹੜਾ ਗੜ੍ਹ ਮਹਾਰਾਜਾ ਦੇ ਵਿੱਚ ਉਹਨਾਂ ਦਾ ਮਕਬਰਾ ਹੈ ਜਿੱਥੇ ਸਲਾਨਾ ਜਿਹੜਾ ਉਹ ਉਰਸ ਲੱਗਦਾ ਸੋ ਉਹਨਾਂ ਦੀ ਜਿਹੜੀ ਪੰਜਾਬੀ ਰਚਨਾ ਹੈ ਉਸ 'ਤੇ ਮੈਂ 2 ਪੈਰਾਗ੍ਰਾਫ ਜਾਂ 2 ਬੰਦ ਜਿਵੇਂ ਪੰਜਾਬੀ 'ਚ ਪੋਇਟਰੀ ਨੂੰ ਕਹਿੰਦੇ ਨੇ ਉਹ ਚੁਣੇ ਨੇ ਔਰ ਪਹਿਲਾ ਅਲਫ ਅੱਲਾ ਪੜ੍ਹਿਆ ਪੜ੍ਹ ਹਾਫਜ਼ ਹੋਇਆ ਗਿਆ ਹਿਜਾਬੋਂ ਪਰਦਾ ਹੂ ਪੜ੍ਹ ਪੜ੍ਹ ਆਲਮ ਫਾਜ਼ਲ ਹੋਇਆ ਭੀ ਤਾਲਬ ਹੋਇਆ ਜ਼ਰਦਾ ਹੂ ਲੱਖ ਹਜ਼ਾਰ ਕਿਤਾਬਾਂ ਪੜ੍ਹਿਆ ਜ਼ਾਲਮ ਨਫਸ ਨਾ ਮਰਦਾ ਹੂ ਬਾਜ ਫਕੀਰਾਂ ਕਿਸੇ ਨਾ ਮਾਰਿਆ ਬਾਹੂ ਇਹ ਜ਼ਾਲਮ ਚੋਰ ਅੰਦਰ ਦਾ ਹੂ ਇਹ ਬੜੀ ਖੂਬਸੂਰਤ ਉਹਨਾਂ ਦੀ ਕੰਪੋਜੀਸ਼ਨ ਹੈ ਕਿ ਉਹ ਇਹ ਕਹਿੰਦੇ ਨੇ ਕਿ ਵੀ
अलफ क्योंकि अल्लाह लिखा जाता है तो क्योंकि जी अरेबिक स्क्रिप्ट है अलफ बे पे दे नाल हुंदी है भी एक पासे तो अलफ दे नाल अल्लाह जिन्होंने तो अल्लाह पढ़िया है तो अल्लाह दे विच रब दे विच जिन्हां दा यकीन है बाकी तो उन्हां दीआं गल्लां मुक्क गई हैं पर उन्होंने कहा भी तू तो बहुत पढ़िया पढ़ के हाफिज बनया बड़ा विद्वान बनया अलफ अल्लाह पढ़िया पढ़ हाफिज होया गया हिजाबों परदा हो भी तू जिन्नी तालीम ली उसने तैनूं शर्म देनी चाहिए सी पर तेरा तो हिजाब चला गया तेरी तो शर्म चली गई पढ़ पढ़ आलम फाजल होया बड़ा तू लर्नड स्कॉलर बन गया पी तालब होया जरदा हो जर पैसे नूं कहिंदे ने भी तालीम तेरे कोल की आई तू तो पैसे का गुलाम हो गया पैसे दे पिछे पै गया लख हज़ार किताबां पढ़िया जालम नफस ना मरदा हो नफस हो होमे मैं इनिया तू किताबां पढ़िया ने तेरे विचला नफस तो मरिया नहीं बाज फकीरा किसे ना मारिया कि ये जड़ी होमे जिहड़ा अंदर दा हूं है ये जे कोई मारिया किसे ने तो फकीर ने मारिया फकीर कहिंदे ने जिहड़ा रब दे रस्ते ते तुरिया बंदा है रब दे वल तुरिया मनुख जिहड़ा वह फकीर है जी वो ही उन्हूं मारिया बाहू ये जालम चोर अंदर दा हो कि ये जिहड़ी होमे ये अंदर दा चोर है जदों असीं गुरु नानक साहब दा ये जिहड़ा फरमान है आसा दी वार दे विच पढ़दे हैं कि किवें पढ़ पढ़ गड्डी लदी है पढ़ पढ़ भरी है साथ पढ़ पढ़ बेड़ी पाई है पढ़ पढ़ गड्डी है खात पढ़ी है जेते बरस बरस पढ़ी है जेते मास पढ़ी है जेती आरजा पढ़ी है जेते सास नानक लिख है एक गल होर होमे चखना चाख के पढ़ाई तुसी सारी उम्र करो सारे साह पढ़ो गड्डियां लद लो गड्डे किताबां दे लद लो पर अल्टीमेटली गल नानक लिख है एक गल होर होमे चखना चाक ये बाकी तो होमे इकट्ठे करन दे साधन ने अल्टीमेटली एक गल उस रब दे उत्ते फेत और उन्हों आपा दे देना जिसनों सुल्तान बाहू ने कहा कि बाज फकीरा किसे ना मारिया बाहू ये जालम चोर अंदर दा हो सो अज जिहड़ा असीं सुल्तान बाहू नूं पहली बार इस प्रोग्राम च उन्हां दी कंपोजिशन नूं शामिल कीता जी डॉक्टर साहब तुहाडा बहुत बहुत शुक्रिया तुसीं अज दा विचार साडे दर्शकां नाल सांझा कीता वीर साढ़े प्रोग्राम का समय इतने समाप्त होंगे तुम अपने राय के सुझाव सू भेजना ना भुलना साडे इस पते ते SOS@vh4.tv ते असी अपना प्रोग्राम लैके थोड़े फिर उभरू होवांगे तद तक लई सू आग्या दो वाहेगुरू जी का खालसा वाहेगुरू जी की फतेह।